ਲੁਧਿਆਣਾ 'ਚ ਸ਼ਿਕਸ਼ਾ ਸੰਸਕ੍ਰਿਤ ਉਤਥਾਨ ਨਿਆਸ ਅਤੇ ਵਿਦਿਆ ਭਾਰਤੀ ਪੰਜਾਬ ਨੇ ਪ੍ਰਕਾਸ਼ ਰਾਏ ਖੰਨਾ ਅਤੇ ਕੌਸ਼ਲਿਆ ਦੇਵੀ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਅਵਿਨਾਸ਼ ਰਾਏ ਖੰਨਾ ਅਤੇ ਡਾਕਟਰ ਸ਼ਰੁਤੀ ਸ਼ੁਕਲਾ ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਜਲ ਬਚਾਓ ਦੇ ਲਈ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜੋ ਲੁਧਿਆਣਾ ਦੇ ਘੰਟਾਘਰ ਚੌਂਕ ਤੋਂ ਸ਼ੁਰੂ ਹੋ ਕੇ 3 ਨੰਬਰ ਡਿਵੀਜ਼ਨ ਤੱਕ ਕੱਢੀ ਗਈ ਜਿਸ ਵਿੱਚ ਕਈ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਪਾਣੀ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਇੰਟਰਨੈਸ਼ਨਲ ਵਾਟਰ ਡੇ ਹੈ ਲੁਧਿਆਣਾ ਦੇ ਵਿੱਚ। ਅੱਜ ਅਸੀਂ ਇਸ ਦਿਨ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਵੇਦਨ ਕਰਨ ਲਈ ਕਿ ਪਾਣੀ ਬਚਾਓ, ਕਿਉਂਕਿ ਕਿਹਾ ਜਾ ਰਿਹਾ ਕਿ ਤੀਸਰਾ ਵਰਲਡ ਵਾਰ ਜਿਹੜੀ ਹੈ ਉਹ ਪਾਣੀ ਤੇ ਹੋਏਗੀ ਤੇ ਅੱਜ ਜੇ ਅਸੀਂ 1 ਲੀਟਰ ਪਾਣੀ ਵੀ ਸਭ ਲੋਕਾਂ ਨੇ ਬਚਾਉਣਾ ਸ਼ੁਰੂ ਕਰਤਾ ਤਾਂ ਹਿੰਦੁਸਤਾਨ ਦੀ ਆਬਾਦੀ 130 ਕਰੋੜ ਹੈ ਤੇ 130 ਕਰੋੜ ਲੋਕ ਰੋਜ਼ ਪ੍ਰਣ ਕਰ ਲੈਣ ਕਿ ਅਸੀਂ 1 ਲੀਟਰ ਪਾਣੀ ਬਚਾਉਣਾ ਤਾਂ 130 ਲੀਟਰ ਪਾਣੀ ਜਿਹੜਾ ਹੈ ਬਚਾਇਆ ਜਾ ਸਕਦਾ। ਇਹ ਜਿਹੜੀ ਮੁਹਿੰਮ ਹੈ ਅਸੀਂ ਪੰਜਾਬ ਦੇ ਵਿੱਚ ਇੱਕ ਟਰੱਸਟ ਹੈ ਸਾਡਾ ਸ਼੍ਰੀ ਪ੍ਰਕਾਸ਼ ਰਾਏ ਖੰਨਾ ਕੌਸ਼ਲਿਆ ਦੇਵੀ ਖੰਨਾ ਟਰੱਸਟ ਔਰ ਵਿਦਿਆ ਭਾਰਤੀ ਇਸ ਟਰੱਸਟ ਇਕੱਠੇ ਹੋ ਕੇ ਅਸੀਂ ਇਹ ਸਾਰੇ ਪੰਜਾਬ 'ਚ ਪ੍ਰੋਗਰਾਮ ਕਰ ਰਹੇ ਹਾਂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।